ਸਾਹਿਬ ਤਹਿਸੀਲਦਾਰ ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਆਪ ਨਾ ਕਰੇ ਦੇ ਬਹਿਸ ਦਾ ਰੁਖ ਤੁਹਾਡੇ ਬਹਿ ਪਾਸੇ ਚਲਾ ਵੈਸੇ ਨਹੀਂ ਨਹੀਂ ਮੈਂ ਪਿਆਦਾ ਜੀ ਸਾਰੇ ਪਾਸੇ ਇਹੋ ਹਾਲ ਹੈ ਡਾਕਟਰ ਜ਼ਫਰ ਅਲਤਾਫ ਇੱਕ ਇਹ ਨਹੀਂ ਕਿ ਮੇਰੇ ਦੋਸਤ ਨਹੀਂ ਨਹੀਂ ਬਹੁਤ ਆਲਾ ਆਦਮੀ ਉਹਦੇ ਦਾ ਬਿਹਤਰੀਨ ਬਿਊਰੋਕਰੇਟ ਮੈਂ ਲਾਈਫ ਨਹੀਂ ਅਮਲੇ ਦੀ ਗੱਲ ਪਿਆ ਕਰੇਂਦਾ ਕਿ ਉਹਨਾਂ ਦੇ ਵਿੱਚ ਸਭ ਜਗ੍ਹਾ ਤੇ ਇਹ ਆਉਂਦਾ ਇਹ ਚਲੋ ਇੱਥੇ ਲੈ ਕੇ ਲੋਅਰ ਜੁਡੀਸ਼ਰੀ ਕੋ ਛੋੜ ਕੇ ਜ਼ਰਾ ਆਂਦੇ ਹੈ ਗਿਲਾਨੀ ਸਾਹਿਬ ਜੱਜ ਸਾਹਿਬਾਨ ਨੇ ਨਾ ਇਹ ਤਬਦੀਲੀ ਜਿਹੜੀ થઈ ਨਾ ਇਹ 2007 ਮਾਰਚ ਦੇ ਬਾਅਦ ਇਹਨਾਂ ਦੇ ਵਿੱਚ ਤਬਦੀਲੀ ਦੀ ਤਵੱਕੋ ਰੱਖੀ ਵੈਂਦੀ ਪਈ ਹੈ ਆਇਆ ਪੂਰੇ ਉਤਰਦੇ ਨਹੀਂ ਉਤਰਦੇ ਉਹ ਡਿਠਾ ਹੋਏ ਸੀ ਕੰਮ ਪਹਿਲੇ ਵੀ ਇਵੇਂ ਥਿੰਦਾ ਰਹਿ ਗਿਆ ਉਹਦੇ ਕੋਲ ਪਹਿਲੇ ਵੀ ਇਵੇਂ ਹਾਈ ਜਿਹੜਾ ਕੰਮ ਅੱਛਾ ਹੈ ਨਾ ਉਹ ਸਨ 60 'ਚ 65 'ਚ 66 'ਚ ਉਮਰ ਤੱਕ ਤਬਦੀਲੀ ਹੈ ਕੋਈ ਅੱਛੇ ਲੋਕ ਆ ਕੋਈ ਹਿਸਾਬ ਕਿਤਾਬ ਇਹ ਤੋਂ ਤੇ ਇਹ ਤੋਂ ਤੇ ਠੀਕ ਹੈ ਮੈਂ ਕੁਝ ਲੱਗ ਰਿਹਾ ਸੀ 2007 ਦੇ ਬਾਅਦ ਜਿਹੜੀ ਤਬਦੀਲੀ ਆਈ ਗਿਲਾਨੀ ਸਾਹਿਬ ਨੇ ਮੈਂ ਥੋੜਾ ਜਿਹਾ ਗੁਫ਼ਤਗੂ ਵਾਪਸ ਆਉਣਾ ਚਾਹੁੰਦਾ ਜੀ ਜੀ ਅਸਲ ਗੱਲ ਹੈ ਗਿਲਾਨੀ ਸਾਹਿਬ ਤੁਹਾਡੇ ਯਾਰ ਮਿਹਰਬਾਨ ਪੁਰਾਣੇ ਦੋਸਤ ਉਹਨਾਂ ਨੇ ਦੂਰੀ ਵਾਰਾ ਤਕਰੀਰਾਂ ਫਰਮਾਇਆ ਲੱਗਦਾ ਹੈ ਕਿ ਇਹਨਾਂ ਤੋਂ ਬੜਾ ਬਹਾਦਰ ਅੱਛਾ ਅਸੂਲ ਪਸੰਦ ਸਿਆਸਤਦਾਨ ਪਾਕਿਸਤਾਨ ਨੇ ਪੈਦਾ ਨਹੀਂ ਮੈਂ ਤਾਂ ਕੋਈ ਖਾਸ ਨਹੀਂ ਜਨਾਬ ਮੁੰਡੀ ਇਹਨਾਂ ਦੇ ਬੜੇ ਹੱਕ ਹੈ ਤੁਸੀਂ ਸੁਝੇ ਦੇ ਆਵੇ ਕਿ ਅੱਜ ਇਹਨਾਂ ਨੇ ਮਾਰਕਾ ਰਾਈ ਕੀਤੀ ਹੈ ਔਰ ਆਪਣੀ ਹਕੂਮਤ ਔਰ ਆਪਣੇ ਕਾਨੂੰਨ ਦੇ ਵਾਸਤੇ ਜ਼ੋਰ ਲੈਂਦੇ ਪਏ ਮੈਂ ਕੋ ਤਾਨਾ ਬਾਦ ਦੇ ਨਹੀਂ ਭਾਈ ਮੈਂ ਮਤਲਬ ਤਾਨਾ ਮੈਂ ਨਾ ਝਲਣ ਕੋ ਪਿਆਰ ਮਤਲਬ ਇੱਕ ਤੁਹਾਡੇ ਜ਼ਿਹਨ ਇੱਕ ਖੁਸ਼ੀ ਦੀ ਲਹਿਰ ਆਈ ਕਿ ਸ਼ਾਇਦ ਇਹ ਬੰਦੇ ਇਵੇਂ ਕਰੇ ਸਨ ਨਹੀਂ ਮੇਰੇ ਜ਼ਿਹਨ ਚ ਇਹ ਹੈ ਕਿ ਪੋਲੀਟੀਸ਼ੀਅਨਸ ਕੋ ਪਾਰਲੀਮੈਂਟ ਕੋ ਇਵੇਂ ਕਰਨਾ ਚਾਹੀਦਾ ਹੈ ਹਾਂ ਮੈਂ ਤਾਂ ਗਿਲਾਨੀ ਸਾਹਿਬ ਦੀ ਗੱਲ ਕੀਤੀ ਇਹਨਾਂ ਉਮੀਦ ਹੈ ਇਹਨਾਂ ਦੇ ਜਿਆਦਾ ਖਿਲਾਫ ਨਹੀਂ ਗੱਲ ਪਕੜਨਾ ਇਹਨਾਂ ਦੇ ਜਿਆਦਾ ਨਵਾਜ਼ ਸ਼ਰੀਫ ਸਾਹਿਬ ਵੀ ਕਰੇ ਨਾ ਮੈਂ ਇਹੋ ਹੀ ਫੀਲਿੰਗ ਕਰ ਰਹਾ ਹਾਂ ਚੌਧਰੀ ਸ਼ੁਜਾ ਸਾਹਿਬ ਕਰੇ ਨਾ ਉਹਨਾਂ ਵਾਸਤੇ ਵੀ ਮੈਂ ਇਹੋ ਹੀ ਕੁਝ ਆਖਾਂ ਹਾਂ ਮੈਂ ਇਹ ਕਿ ਪਾਰਲੀਮੈਂਟ ਇੱਕ ਵਜ਼ੀਰ ਆਜ਼ਮ ਇੱਕ ਇਹਨਾਂ ਕੋ ਸੋਵਰਨ ਹੋਣਾ ਚਾਹੀਦਾ ਪਾਰਲੀਮੈਂਟ ਕੋ ਸੁਪਰੀਮ ਹੈ ਤਮਾਮ ਇਦਾਰਿਆਂ ਤੋਂ ਲੇਕਿਨ ਇਹ ਦੱਸੋ ਕਿ ਜਰਾ ਇਹਨਾਂ ਨੇ ਉਹ ਮਤਲਬ ਹੋਏ ਸਟੈਪ ਕੀਤੇ ਗਿਲਾਨੀ ਸਾਹਿਬ ਨੇ ਆਲ ਆਫ ਸਡਨ ਅੱਛਾ ਬੜੀ ਗੱਲ ਇਹਨਾਂ ਸਵੇਰ ਦੇ ਸੈਸ਼ਨ ਵਿੱਚ ਉਹ ਤਕਰੀਰ ਕੀਤੀ ਹੈ ਜੀ ਜੀ ਹਾਂ 3 ਘੰਟੇ ਬਾਅਦ ਕੋ ਇਹ ਹਮ ਆਪਕੋ ਇਹ ਹਮਾਰਾ ਆਰਡਰ ਜੋ ਹੈ ਆਪਕੋ ਰੀਇਨਸਟੇਟ ਕਰਨੇ ਕਾ ਵੀ ਇਸਕੇ ਅੰਦਰ ਕੋਈ ਕਾਨੂੰਨੀ ਉਹਨੇ ਬਈ ਆਖੀ ਉਹਨਾਂ ਕਹੇ ਅਗਰ ਜੱਜਾਂ ਨੇ ਜੱਜਾਂ ਕੋ ਨਾ ਮੁਤਖਬ ਕਰਨਾ ਹੈ ਤੁਸੀਂ ਕਾਨੂੰਨ ਤਬਦੀਲ ਕਰਵਾ ਕਰੋ ਇਹ ਜਨਾਬ ਹੋਣੀ ਗਿਲਾਨੀ ਸਾਹਿਬ ਇੱਜ਼ਤ ਮਾਬ ਇਹ ਬਕਾਇਦਾ ਉਹ ਅਸੈਂਬਲੀ ਦੇ ਫਲੋਰ ਤੇ ਆਖ ਕੇ ਕਹਿਣ 3 ਘੰਟੇ ਬਾਅਦ ਗੇਟ ਕ੍ਰੈਸ਼ ਕੀਤੇ ਨੇ ਸੁਪਰੀਮ ਕੋਰਟ ਦਾ ਜੀ ਇੱਕ ਤਰ੍ਹਾਂ ਉਹ ਸਾਰੀ ਆਪਸ ਵਿੱਚ ਮਿਲੀ ਜੁਲੀ ਗੱਲ ਹੈ ਉਹ ਹਿਸਾਬ ਕਿਤਾਬ ਕੀਤੀ ਖੜਿਆ ਨੇ ਪਹਿਲੇ ਕਿਆ ਹਿਸਾਬ ਕਿਤਾਬ ਭਾਈ ਮੈਂ ਵੇਸਾਂ ਤੇ ਪਹਿਲੇ ਮੈਂ ਵਨ ਗਿਆ ਸਵਾਲ ਮੈਂ ਉਹਨਾਂ ਨੂੰ ਇਨਵਾਈਟ ਕਰ ਸਵਾਲ ਉਹ ਤਸ਼ਰੀਫ ਗਿਨਾ ਸਨ ਪਹਿਲੇ ਤੁਹਾਡੇ ਯਾਰ ਦੋਸਤ ਵਿੱਚ ਸ਼ਾਮਿਲ ਹਨ ਜਿਹੜੇ ਇਹ ਕੰਮ ਵਿੱਚ ਆਪਸ ਵਿੱਚ ਰਸਾਈ ਜਿਹੜੀ ਕਿਹੜੇ ਕਿਹੜੇ ਯਾਰ ਦੋਸਤ ਹਨ ਸਰ ਉਹ ਤੁਹਾਡੇ ਹਨ ਯਾਰ ਇਹ ਤਾਂ ਅੱਜ ਆਨ ਅਨਾਉਂਸਡ ਤੁਸੀਂ ਮੇਰੇ ਤੋਂ ਕੋਈ ਇਲਜ਼ਾਮ ਲਾ ਦੇਸੋ ਹਾਂ ਇਹ ਤਾਂ ਮੇਰੀ ਆਦਤ ਹੈ ਹਰ ਪਾਸੇ ਇਹੋ ਹਾਲ ਦੀ ਚੱਲਦਾ ਪਿਆ ਇਹ ਕੋਈ ਸਹਾਫੀਆਂ ਦਾ ਤੁਹਾਡੇ ਉੱਤੇ ਇੰਪੈਕਟ ਜ਼ਿਆਦਾ ਤਾਂ ਨਹੀਂ ਥਿੰਦਾ ਪਿਆ ਨਹੀਂ ਨਹੀਂ ਇਹ ਸਾਰਿਆਂ ਦਾ ਇਹੋ ਹੈ ਮੈਂ ਹੁਣ ਬਹਿ ਕੇ ਨਾ ਖਰਬੂਜ਼ਾ ਖਰਬੂਜ਼ੇ ਦੇਖ ਕੇ ਰੰਗ ਬਦਲਦੇ ਨਹੀਂ ਇਸ ਤਰ੍ਹਾਂ ਜਨਰਲ ਸਟੇਟਮੈਂਟ ਅਸਾ ਦੇ ਦੇ ਅੱਛਾ ਇਸਾ ਕੋ ਬੇਰੋਜ਼ਗਾਰ ਨਾ ਕਰੋ ਅੱਜ ਗੱਲ ਸੁਣੋ ਉਹਨਾਂ ਨੇ ਇਹ ਪਹਿਲੇ ਕੀਤਾ ਸਾਰਾ ਕੁਝ ਅਰੇਂਜਮੈਂਟ ਦੇ ਬਾਅਦ ਇਹ ਤਰੀਕਾ ਕਾਰ ਥਿਆ ਔਰ ਅੱਲਾ ਕੀਤਾ ਕਿ ਉਹ ਚਲੋ ਮਸਲਾ ਅਸਾਂ ਸਮਝਿਆ ਕਿ ਹੱਲ ਥੀ ਸੀ ਮਸਲਾ ਤਾਂ ਉੱਥੇ ਹੀ ਖੜ ਗਿਆ ਕੱਲ੍ਹ ਜਿਹੜੀ ਸੁਪਰੀਮ ਕੋਰਟ ਵਿੱਚ ਉਹਨਾਂ ਨੇ ਆਖਿਆ ਕਿ ਤੂੰ ਸਾਰਾ ਹੁਣ ਤੱਕ ਆਰਡਰ ਕਿਉਂ ਨਹੀਂ ਮੰਨਿਆ ਉਹਨਾਂ ਨੇ ਨੈਬ ਦੇ ਚੀਫ ਦੀ ਵੀ ਥੋੜ੍ਹੀ ਜਿਹੀ ਮੈਂ ਤਾਂ ਕੋਈ ਮਸਲਾ ਨਹੀਂ ਉਹ ਆਪਣਾ ਅਹਿਕਾਮਾਤ ਮਨਵੇ ਸਨ ਔਰ ਜਿਹੜੀ 16 ਦਸੰਬਰ ਦੀ ਜਜਮੈਂਟ ਐਨ ਆਰ ਓ ਦੀ ਉਹਦੀ ਪੂਰੀ ਅਮਲ ਉਹਦੇ ਉੱਤੇ ਕਰਾਇਆ ਹੋਏ ਸੀ ਔਰ ਜਿਹਦੇ ਗਲੇ 'ਚ ਬੰਦਾ ਫਿੱਟ ਥੀਦੇ ਉਹ ਹਰ ਹਾਲਤ 'ਚ ਫਿੱਦਾ ਫਿੱਟ ਥੀ ਸੀ ਔਰ ਹੋਣਾ ਚਾਹੀਦਾ ਕਲਾਸਰਾ ਸਾਹਿਬ ਕਿਥੇ ਹੀ ਤਾਂ ਕੰਮ ਰੁਕੇ ਯਾਰ ਹੋਣਾ ਚਾਹੀਦਾ ਲੇਕਿਨ ਦੇਰ ਇਜ਼ ਉਹ ਸਾਰੇ ਤੇ ਹੋਏ ਮੇਰੀ ਤੋਂ ਹੋਏ ਤੁਹਾਡੇ ਉੱਤੇ ਵੀ ਦੇਰ ਇਜ਼ ਮੈਥਡ ਟੂ ਮੈਡਨੈਸ ਮਤਲਬ ਸ਼ੇਕਸਪੀਅਰ ਜੇ ਬੜੇ ਇੱਕ ਵੱਡੇ ਬੰਦ ਨੇ ਵਾਈਜ਼ ਆਦਮੀ ਨੇ ਦਾ ਕੋਟ ਹੈ ਹਾਂ ਦੇਰ ਇਜ਼ ਮੈਥਡ ਟੂ ਮੈਡਨੈਸ ਮਤਲਬ ਹਰ ਚੀਜ਼ ਦਾ ਕੰਮ ਕਰਨ ਦਾ ਕੋਈ ਨਾ ਕੋਈ ਤਰੀਕਾਕਾਰ ਤਾਂ ਹੁੰਦਾ ਨਾ ਇਹ ਤਾਂ ਨਹੀਂ ਹੋਣਾ ਚਾਹੀਦਾ ਤੁਹਾਕੂ ਮੇਰੀ ਸ਼ਕਲ ਨਹੀਂ ਪਸੰਦ ਤੇ ਇਹਦੇ ਗਿੱਚੇ ਫਿੱਟ ਕਰ ਦਿਓ ਤੇ ਤੁਹਾਕੂ ਕੋਈ ਬੰਦਾ ਨਹੀਂ ਪਸੰਦ ਮੈਂ ਕੋ ਨਹੀਂ ਪਸੰਦ ਮੈਂ ਕੋਈ ਦੱਸੋ ਗਿਲਾਨੀ ਸਾਹਿਬ ਨੇ ਅਦਾਲਤ 'ਚ ਵੰਝ ਕੇ ਹਕੂਮਤ ਦੇ ਬਕੌਲ ਉਹਨਾਂ ਨੇ ਬੜਾ ਐਕਸਟਰਾਆਰਡਨਰੀ ਕੰਮ ਕੀਤਾ ਤੁਹਾਕੂ ਕਿਆ ਲੱਗਦਾ ਕਿਆ ਇੱਕ ਪ੍ਰਾਈਮ ਮਿਨਿਸਟਰ ਆਫ ਅ ਕੰਟਰੀ ਇਲੈਕਟਡ ਬਾਈ 16 ਕਰੋੜ ਪੀਪਲ ਇੱਕ ਪਾਰਲੀਮੈਂਟ ਦੀ ਅੱਛਾ ਯੂਨੈਨੀਮੈਸ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ ਫਸਟ ਟਾਈਮ ਇਨ ਦ ਹਿਸਟਰੀ ਆਫ ਦ ਕੰਟਰੀ ਯੂਨੈਨੀਮੈਸ ਇੱਕ ਪ੍ਰਾਈਮ ਮਿਨਿਸਟਰ ਸਾਹਿਬ ਵੰਝ ਕੇ ਸੁਪਰੀਮ ਕੋਰਟ ਵੈਂਦੇ ਨੇ ਆਪਣੀ ਤਮਾਮ ਅਥਾਰਟੀ ਆਪਣਾ ਤਮਾਮ ਗਰੇਂਜਰ ਤਮਾਮ ਐਗਜ਼ੈਕਟਿਵ ਪਾਰਲੀਮੈਂਟ ਦੀ ਸੁਪਰੀਮੇਸੀ ਉੱਥੇ ਰੱਖ ਕੇ ਉਹਨਾਂ ਕਦਮਾਂ 'ਤੇ ਆਉਂਦੇ 17 ਜੱਜ ਦੇ ਸਾਹਮਣੇ ਡੂ ਯੂ ਥਿੰਕ ਦੈਟ ਵਾਜ਼ ਦ ਰਾਈਟ ਸਟੈਪ ਸਿਰਫ ਕਿਸ ਵਾਸਤੇ ਕਿ ਹਕੂਮਤ ਦੇ 2 ਮਹੀਨੇ ਬਾਈ ਚੱਲ 2-4 ਮਹੀਨੇ ਜਿਹੜੀ ਚੀਜ਼ਾਂ ਦੀ ਫੈਸਿਲਿਟੀ ਹੈ ਚਲਦੀ ਰਹੇ ਜਿਹੜਾ ਕੋਈ ਆਮਦ ਸ਼ਾਮਦ ਹੈ ਉਹ ਵੀ ਚਲਦੀ ਰਹੇ ਇਹ ਇੱਜ਼ਤ ਜਿਹੜੀ ਆਉਂਦੀ ਨਾ ਵੀ ਆਵਣ ਵੰਜਣ ਵਾਲੀ ਸ਼ੈ ਕਮਾਲ ਕਰ ਦਿਓ ਆਈ ਐਮ ਸੌਰੀ ਇਹ ਗੱਲ ਸੁਣੋ ਇਵੇਂ ਕਰੋ ਇੱਜ਼ਤ ਆਵਣ ਵੰਜਣ ਵਾਲੀ ਸ਼ੈ ਕਈ ਵੇਲੇ ਆ ਗਈ ਕਈ ਵੇਲੇ ਨਾ ਆਈ ਅੱਗੇ ਚੁੱਪ ਕਰ ਗਿਆ ਮਲ ਕੀਤੀ ਅੱਗੋਂ ਲੋਕ ਅਸਰ ਕੈਸਾ ਅੱਛਾ ਹੈ ਵੀਰੇ ਕੋਈ ਹਕੂਮਤ ਕੋ ਬਚਾ ਦਿੱਤੇ ਮਸਲੇ ਹੱਲ ਕਰ ਦਿੱਤੇ ਪਰੇਸ਼ਾਨ ਬੈਠਾ ਪਰੇਸ਼ਾਨ ਹੋ ਇੱਕ ਹਫ਼ਤੇ ਦਾ ਅਜੇ ਕੋਈ ਮਸਲਾ ਹੀ ਕੋਈ ਨਹੀਂ ਇਹ ਹੈ
کہ کس طریقے نال جنرل